ਇਹ ਜਿਹੜੀ ਤੁਹਾਨੂੰ ਦਿਖਾਈ ਸੀ ਮਸ਼ੀਨ ਚੱਲਦੀ ਉਹਦੇ ਥੱਲੇ ਜਿਹੜੀਆਂ ਬਾਕੀ ਜੜ੍ਹਾਂ ਜੁੜਾਂ ਬਚੀਆਂ ਸੀ ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ ਤਾਂ ਕਿ ਜ਼ਮੀਨ ਵਾਹਣੀ ਵੀ ਸੌਖੀ ਹੋ ਜਾਵੇ ਅਤੇ ਨਾਲੇ ਆ ਜਿਹੜੀ ਸੁਆਹ ਵਾ ਇਹ ਖਾਦ ਦੇ ਤੌਰ 'ਤੇ ਇਸਤੇਮਾਲ ਹੋਏਗੀ ਪਾਣੀ ਲੱਗੇਗਾ ਅਤੇ ਜ਼ਮੀਨ ਠੰਡੀ ਹੋ ਜਾਵੇਗੀ ਅਤੇ ਆ ਇਹਨਾਂ ਦੀਆਂ ਧੜਾਂ ਇਹ ਲਿਪ ਦਿੱਤੀਆਂ ਬਣਾ ਕੇ ਅਸਲਾਮ ਅਲੈਕਮ ਜੀ ਕੀ ਹਾਲ ਚਾਲ ਹੈ ਸਭ ਦਾ ਖੈਰੀਅਤ ਨਾਲ ਹੋ ਠੀਕ ਠਾਕ ਹੋ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਮੈਂ ਮੁਹੰਮਦ ਅੰਸਰ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੇਂਡੂ ਵਲੋਗ ਅਤੇ ਸ਼ੁਰੂ ਕਰਦੇ ਆਪਾਂ ਆਪਣਾ ਅੱਜ ਦਾ ਨਵਾਂ ਵਲੋਗ ਅਤੇ ਜਿਹੜੇ ਜਿਹੜੇ ਚੈਨਲ 'ਤੇ ਨਵੇਂ ਆਉਣ ਵਾਲੇ ਉਹਨਾਂ ਅੱਗੇ ਗੁਜ਼ਾਰਿਸ਼ ਆ ਕਿ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈੱਲ ਆਈਕਨ ਵੀ ਦਬਾਓ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਟਾਈਮ ਦਾ ਟਾਈਮ ਪਹੁੰਚ ਸਕੇ ਅਤੇ ਚਲੋ ਚੱਲਦੇ ਹਾਂ ਅੱਜ ਦੇ ਦਿਨ ਦਾ ਆਗਾਜ਼ ਕਰਦੇ ਹਾਂ ਅਤੇ ਤੁਹਾਨੂੰ ਅੱਜ ਦਾ ਬਿਹਤਰੀਨ ਨਜ਼ਾਰਾ ਦਿਖਾਉਂਦੇ ਹਾਂ ਮਾਸ਼ਾਅੱਲਾ ਜੀ ਆਹ ਧੜ ਬਣ ਰਹੀ ਤਕਰੀਬਨ 2.5 ਕਿੱਲਿਆਂ ਦੀ ਆ ਤੂੜੀ ਅਤੇ ਉਹਦੀ ਇੱਕ ਹੀ ਧੜ ਬਣਾ ਰਹੇ ਆ ਮਸ਼ੀਨ ਤੂੜੀ ਕੱਢ ਕੇ ਅਤੇ ਢੇਰੀ ਲਾ ਦਿੰਦੀ ਆ ਅਤੇ ਫਿਰ ਉਹਨੂੰ ਸਿੱਧੀ ਪੱਧਰੀ ਕਰਕੇ ਦਬਾ ਕੇ ਫਿਰ ਉਹਨੂੰ ਲਿਪਿਆ ਜਾਂਦਾ ਕਿਉਂਕਿ ਜ਼ਿਮੀਦਾਰਾਂ ਨੇ ਸਾਰਾ ਸਾਲ ਇਸਤੇਮਾਲ ਕਰਨੀ ਹੁੰਦੀ ਇਸ ਕਰਕੇ ਫਿਰ ਇਹਨੂੰ ਸੰਭਾਲਣਾ ਜ਼ਿਆਦਾ ਜ਼ਰੂਰੀ ਹੁੰਦਾ ਇਹਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਕਿ ਇੱਕ ਤਾਂ ਪਾਣੀ ਨਾ ਵਿੱਚ ਜਾਵੇ ਤੂੜੀ ਖਰਾਬ ਨਾ ਹੋਵੇ ਫਿਰ ਉੱਤੋਂ ਚੰਗੀ ਤਰ੍ਹਾਂ ਲਿਪਿਆ ਜਾਂਦਾ ਤਾਂ ਕਿ ਮੌਸਮ ਦੇ ਅਸਰਾਂ ਤੋਂ ਵੀ ਬਚੀ ਰਹੇ ਅਤੇ ਫਿਲਹਾਲ ਜਿਹੜੀ ਇਹ ਢੇਰੀ ਇਹਦੀ ਬਣਾ ਰਹੇ ਇਹਨੂੰ ਕਹਿੰਦੇ ਆ ਥੜਾ ਬਣਾਉਣਾ ਪਹਿਲੇ ਇਹਦਾ ਥੜਾ ਬਣਾਇਆ ਜਾਊਗਾ ਉਸ ਤੋਂ ਬਾਅਦ ਫਿਰ ਇਹਦੀ ਕੰਡ ਬਣਾਈ ਜਾਂਦੀ ਜਿਹੜਾ ਉੱਤੋਂ ਇਹਨੂੰ ਸਿੱਧੀ ਕਰਦੇ ਆ ਤਕੋਣ ਜੀ ਬਣਾ ਦਿੰਦੇ ਤਾਂ ਕਿ ਪਾਣੀ ਨਾ ਉੱਤੇ ਠਹਿਰੇ ਭਾਈ ਐਤਕੀ ਕੀ ਮਜ਼ਦੂਰੀ ਦਿੰਦੇ ਧੜ ਦੀ ਕਿੱਲੇ ਦਾ ਹਿਸਾਬ ਆ ਉੱਧਰਲੀ ਹਾਲੇ ਸਿੱਧੀ ਪੱਧਰੀ ਕਰਦੇ ਅਤੇ ਆਹ ਤਕਰੀਬਨ ਅੱਧੀ ਤਿਆਰ ਹੋ ਗਈ ਅਤੇ ਬਾਈ ਤੁਸੀਂ ਸਾਰੇ ਇਕੱਠੇ ਹੀ ਆ ਅਤੇ ਹੁਣ ਇਹਦੀ ਕੰਡ ਜੀ ਹੁਣ ਬਣਾਉਣੀ ਆ ਅੱਛਾ ਹਾਲੇ ਸਿਰਫ ਥੜਾ ਬਣਿਆ ਪਹਿਲਾਂ ਹੁੰਦੀ ਹੈ ਨਾ ਤਕਰੀਬਨ ਇਹ ਢੇਰੀ ਦੀ ਸ਼ਕਲ ਦੀ ਉਹ ਹੁਣ ਇਹ ਢੇਰੀ ਢਾ ਰਹੇ ਆ ਅਤੇ ਉਹਦੀ ਵੀ ਆਹ ਸ਼ਕਲ ਬਣਾਉਣੀ ਜਿਸ ਤਰ੍ਹਾਂ ਇਹਦੀ ਬਣੀ ਆ ਪਹਿਲੇ ਢੇਰੀਆਂ ਢਾ ਕੇ ਅਤੇ ਇਹਦੀ ਸ਼ਕਲ ਤਕਰੀਬਨ ਆਹ ਬਣਾਉਣੀ ਇਹਨਾਂ ਨੇ ਉਹ ਜਿਹੜੀ ਉਹਦੀ ਕਰਦੇ ਪਏ ਆ ਸੈੱਟ ਉਸ ਤੋਂ ਬਾਅਦ ਸਾਨੂੰ ਦਿਖਾਉਂਦੇ ਹਾਂ ਉਹ ਸਾਹਮਣੇ ਤਿਆਰ ਹੋਈ ਆ ਜਿਹੜੀ ਤਿਆਰ ਹੋ ਕੇ ਸ਼ਕਲ ਕਿੱਦਾਂ ਦੀ ਬਣ ਜਾਂਦੀ ਧੜ ਦੀ ਉਹ ਨੇੜੇ ਹੋ ਕੇ ਦਿਖਾਉਂਦਾ ਇਹ ਜੀ ਧੜ ਦੀ ਤਿਆਰ ਸ਼ਕਲ ਅਤੇ ਇਹਦੇ ਹੁਣ ਸਾਈਡਾਂ ਤੋਂ ਵਾਹ ਕੇ ਇੰਨੀ ਇੰਨੀ ਨਾਲੋਂ ਨਾਲੋਂ ਆਹ ਜਿਹੜੀ ਸਾਈਡ ਆ ਇਹ ਸਾਰੀ ਟਰੈਕਟਰ ਦੇ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਯਾਨੀ ਕਿ ਹਲ ਵਾਹ ਕੇ ਮਿੱਟੀ ਨਰਮ ਕੀਤੀ ਜਾਊਗੀ ਉਸ ਮਿੱਟੀ ਦੇ ਨਾਲ ਫਿਰ ਪਹਿਲਾਂ ਇਹਦੇ ਨਾਲ ਕਿਨਾਰਿਆਂ 'ਤੇ ਮਿੱਟੀ ਲਾਈ ਜਾਏਗੀ ਤਾਂ ਕਿ ਪਾਣੀ ਜਿਹੜਾ ਜ਼ਮੀਨ ਨੂੰ ਲੱਗੇ ਫਸਲ ਨੂੰ ਲੱਗੇ ਇਹਦੇ ਅੰਦਰ ਨਾ ਜਾਏ ਅਤੇ ਉਸ ਤੋਂ ਬਾਅਦ ਫਿਰ ਇਹਨੂੰ ਲਿਪਿਆ ਜਾਏਗਾ ਨਿਬੜ ਗਈ ਸਾਰੀ ਕਣਕ ਕਿੰਨੀ ਹੈ ਟੋਟਲ ਮਾਸ਼ਾਅੱਲਾ ਲਓ ਜੀ ਥੜਾ ਪੂਰਾ ਹੋ ਗਿਆ ਅਤੇ ਹੁਣ ਇਹਦੀ ਕੰਡ ਤਿਆਰ ਕੀਤੀ ਜਾਊਗੀ ਇਹ ਕਿੰਨੇ ਥਾਂ ਦੀ ਆ ਧੜ ਜਿਹੜੀ ਇਹ 1.5 ਕਿੱਲੇ ਦੀ
अच्छा वो 2.5 किलो की 1.5 किलो की ऐसे भी है जिदे बेच ये तो माशाल्लाह बहुत सोहनी वड्डी है उन्होंने तो कम खराब ही किया मैरा वाली ਗੱਦੀ ਬਹੁਤ ਉਹਦੇ ਵੱਟਾਂ ਮੇਰੀ ਗੱਲ ਫਿਰ ਕਹਿੰਦੇ ਵੀ ਇੱਕੋ ਪਲਾਟ 'ਚ ਵੱਢ ਦੇ ਵੱਟਾਂ ਨੇ ਕੰਮ ਖਰਾਬ ਕੀਤਾ ਉਹ ਲੱਕ ਜਿਹੜੀਆਂ ਜਿਹੜੀਆਂ ਦਾ ਵੱਟਾ ਸੀ ਮੇਰੇ ਵੱਟਿਆ ਨਹੀਂ ਗੀ ਵਿੱਚ ਨਹੀਂ ਆ ਤਾਂ ਜਿੰਨੀ ਡਿੱਗੀ ਸੀ ਨਾ ਤਾਂ ਬਹੁਤ ਸੋਹਣੀ ਵੱਡੀ ਹੈ ਅੰਦਾਜ਼ਨ ਕਿੰਨੀ ਕੁ ਹੋ ਗਈ ਕਣਕ ਕਿ ਤੋਲੀ ਨਹੀਂ ਹਲੇ 1.5 ਕਿਲੇ ਦੀ ਤਾਂ ਕਾਕੜਾ ਨਹੀਂ ਗਿਆ ਉੱਧਰ ਬਹੁਤ ਨੁਕਸਾਨ ਹੋਇਆ ਉੱਧਰ ਤਾਂ ਨਾਂ ਡਈ ਹੈ ਮੈਂ ਹਲੋ ਵੀ 32-34 ਮਾਰ ਇਹ ਨਿਕਲੀ 57-57 ਮਾਰ ਕੇ ਗਈ ਮਾਸ਼ਾਅੱਲਾ ਮਾਸ਼ਾਅੱਲਾ बहुत सोहनी निकले अल्लाह पाक बरकत पावे माशाल्लाह जी धड़ बन रही है जी इस 1.5 किले च कनक 82 मन हुई तो चाचू शरीफ कह रहे तकरीबन 56-57 मन उस निकले किले की बस अल्लाह पाक ने जिदा नसीबा लिखी मिट्टी इस तूड़ी च बहुती होंगी कि थ्रैशर वाली ये उठ जाती मिट्टी क्यों वाले अंसर कह रहा है मिट्टी ज्यादा होंगी कि थ्रैशर वाली मैं थ्रैशर वाली ऐसे तो मिट्टी है नहीं पूरा भी लोई माशाल्लाह ये कांड बननी शुरू हो गई पहले सेंटर च निशान ला लिया था कि दोनों पासे एक बराबर हो देखने भी सोहनी लगे अजीबो गरीब ना लगे जिदा हूँ दरम्यान च निशान बन गया इदा ही हूँ साइडा तो चुक चुक के नाल लाई जाएंगे तो इन उची करी जाना माशाल्लाह जी ताड़ हो गई मुकम्मल तैयार तो हूँ इन एक दफा लिपने तो पहले ये उपर हल्के हल्के किसी चीज़ की लकड़ी की या काने वगैरह की वो उत्ते मार लिया जाएंगे ताकि जी उड़ी तूड़ी है वो सैट हो जाए तो फिर इनू इतों जमीन वाह के पानी ला के तो इनू लिप दिता जाएगा गारे ना चंगी तरह ताकि पानी पुनी तो बची रहे तकरीबन हर चीज़ का अपना अपना निज़ाम बनया हुआ हर चीज़ नू एक तरीकेकार दे नाल ही संभालिया जाता सैट किया जाता यह सी जी अपनी अज की वीडियो किदा लगी फिर अपनी अज की वीडियो थले कमेंट बॉक्स तुसी लाजमी दस्यो ते सबसक्राइब जिन्हें जिन्हें नहीं किया सबसक्राइब जरूर करा करो ताकि साड़ी हर वीडियो टाइम दे टाइम तुहानू मिलदी रहा करे तो अज की वीडियो बारे भी जरूर अपनी राय तुसी दियो ते नाले मछवरा दिंदे रहा करो कि केड़ी चीज़ तुहानू पसंद आती केड़ी नहीं आती तो कोशिश करा करांगे कि जिहड़ी चीज़ तुसी कहो फिर वह भी तुहानू दिखाई जाए तो हुण लैने इजाजत अज की वीडियो बस इत्थे तक आपां मिलांगे अगले ब्लॉग च उदों तक अपना बहुत सारा ख्याल रखियो हसते वसते रहो खुश रहो तो पेंड ब्लॉग देखते रहो दुआवां याद करते रहो इंशाल्लाह अगली वीडियो जरूर मिलांगे उदों तक रब रखा अल्लाह हाफिज़।